ਹੈਲੋ ਦੋਸਤੋ ਮੈਂ ਡੀਸੀ ਦੌਧਰੀਆ ਜਿਹੜੀ ਇੱਕ ਤੁਹਾਡੇ ਲਈ ਵਧੀਆ ਜਾਣਕਾਰੀ ਜਿਹੜੀ ਕਿ ਤੁਹਾਡੇ ਲਈ ਵੀ ਹੈ ਉਹ ਮੇਰੇ ਲਈ ਵੀ ਹੈ ਆਪਣੇ ਸਾਰਿਆਂ ਲਈ ਹੈ ਜਿਹੜਾ ਤੁਸੀਂ ਇਹ ਬਾਗ ਦੇਖ ਰਹੇ ਹੋ ਬਾਗ ਦੀ ਰੰਗਤ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਰਾ ਭਰਾ ਹੈ ਬਾਗ ਦਾ ਪਾਣੀ ਨਹੀਂ ਮੰਗ ਰਿਹਾ ਜਾਵੇਂ ਹੀ ਬਿਲਕੁਲ ਵੀ ਮਈ ਦਾ ਮਹੀਨਾ ਚੱਲ ਰਿਹਾ ਹੈ ਬਾਗ ਨੂੰ ਅਸੀਂ ਮੈਂ ਜਿਹੜਾ ਬੈੱਡ ਤੇ ਲੈ ਕੇ ਆਇਆ ਬਾਗ ਦੇ ਵਿੱਚ ਕਦੇ ਵੀ ਖੁੱਲਾ ਪਾਣੀ ਨਹੀਂ ਦੇਣਾ ਕਦੇ ਵੀ ਜ਼ਿੰਦਗੀ 'ਚ ਖੁੱਲਾ ਪਾਣੀ ਨਹੀਂ ਦੇਣਾ ਕਦੇ ਉਹਦੇ ਵਿੱਚ ਹਲ ਨਹੀਂ ਚਲਾਉਣਾ ਤੇ ਜ਼ਮੀਨ ਨੂੰ ਕਦੇ ਵੀ ਨੰਗਾ ਨਹੀਂ ਰਹਿਣ ਦੇਣਾਗਾ ਇਹ ਕੁਦਰਤ ਦੇ ਜਿਹੜੇ ਨਿਯਮ ਐ ਨੰਗਾ ਨਾ ਰਹਿਣ ਵਾਸਤੇ ਅਸੀਂ ਆਹ ਮੂੰਗੀ ਬੀਜੀ ਐ ਤੁਸੀਂ ਦੇਖ ਲਓ ਇਹ ਮੂੰਗੀ ਨੂੰ ਅਸੀਂ ਕੱਟਣਾ ਨਹੀਂਗਾ ਸਿਰਫ ਇਹ ਮੂੰਗੀ ਅਸੀਂ ਮਲਚਿੰਗ ਵਾਸਤੇ ਬੀਜੀ ਐ ਜਦੋਂ ਵੱਡੀ ਹੋ ਜੂਗੀ ਆਪਣੇ ਆਪੇ ਦੇ ਉੱਤੇ ਵਿਛ ਜੂਗੀ ਇਹਨੂੰ ਕਦੇ ਵੀ ਕੱਟਣਾ ਨਹੀਂ ਬਸ ਐਂ ਪਈ ਰਹੂਗੀ ਪਾਣੀ ਨਾਲ ਉਪਰ ਤੇ ਅਸੀਂ ਜਿਹੜੇ ਬੈੱਡ ਬਣਾ ਦਿੱਤੇ ਐ ਸਿਰਫ ਆਹ ਖਾਇਲੀਆਂ ਚ ਪਾਣੀ ਲਾਉਣੀ ਆ ਸੀ ਆ ਜਿਹੜੀ ਚੀਜ਼ ਸਾਡੀ ਸੁੱਕੀ ਰਹਿੰਦੀ ਹੈ ਵਿਚਾਲੇ ਦੋ ਕੰਮ ਹੋ ਗਏ ਤੀਜਾ ਕੰਮ ਇਹਨੂੰ ਕਦੇ ਵਾਹਣਾ ਨਹੀਂ ਅਸੀਂ ਇਹਨੂੰ ਕਦੇ ਵੀ ਨਹੀਂ ਵਾਹਣਾ ਇਹ ਬੈੱਡ ਇਸੇ ਤਰ੍ਹਾਂ ਹੀ ਬਰਕਰਾਰ ਰਹਿਣਗੇ ਜਿੰਨੇ ਸਾਲ ਵੀਰੇ ਜਿੰਨਾ ਚਿਰ ਸਾਡੇ ਇਹ ਖਰਾਬ ਨਹੀਂ ਹੁੰਦੇ ਢੈਂਦੇ ਨਹੀਂ ਚਾਰ ਪੰਜ ਸਾਲਾਂ ਬਾਅਦ ਜੇ ਅਸੀਂ ਤਬਦੀਲੀ ਲਿਆਉਣੀ ਚਾਹੀਏ ਤਾਂ ਦੁਬਾਰਾ ਉਹਨੂੰ ਥੋੜਾ ਬੋਟਾ ਛੇੜਖਾਨੀ ਕਰਕੇ ਤੇ ਉਹਨੂੰ ਦੁਬਾਰਾ ਅਸੀਂ ਇਸੇ ਤਰ੍ਹਾਂ ਹੀ ਬਣਾ ਦਨੇ ਆ ਤੇ ਮਈ ਦਾ ਮਹੀਨਾ ਹਜੇ ਤੱਕ ਬਾਗ ਨੇ ਪਾਣੀ ਨਹੀਂ ਮੰਗਿਆਗਾ ਤੇ ਅੱਗੇ ਜੂਨ ਦਾ ਮਹੀਨਾ ਵੀ ਆ ਰਿਹਾ ਹੈ ਮੇਰੇ ਹਿਸਾਬ ਨਾਲ ਅਸੀਂ ਬਹੁਤ ਕਾਮਯਾਬ ਰਵਾਂਗੇ ਵੀ ਜੂਨ ਦੇ ਵਿੱਚ ਇਹ ਨੱਚ ਵੀ ਬਾਗਨੇ ਜਿਹੜਾ ਪਾਣੀ ਨਹੀਂ ਮੰਗਣਾ ਜਿਹੜੇ ਅੱਜ ਹਾਲਾਤ ਐ ਤਾਂ ਬਾਗ ਤਾਂ ਬਿਲਕੁਲ ਵੀ ਨਹੀਂ ਕਮਲਾ ਰਿਹਾ ਜਿਵੇਂ ਹੀ ਨਹੀਂ ਕਮਲਾ ਰਿਹਾ ਤੁਸੀਂ ਕਿੰਨੂ ਦੀ ਗਰੋਥ ਵੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਪੱਤੇ ਦੀ ਚੜਾਈ ਲੰਬਾਈ ਕੁਝ ਵੀ ਦੇਖ ਸਕਦੇ ਹੋ ਕਿਤੋਂ ਪੀਲਾ ਨਹੀਂ ਬੂਟਾ ਜਮਾ ਤੇ ਨਾ ਹੀ ਇਹਦੇ ਥੱਲੇ ਕੋਈ ਕੀੜਾ ਨਾ ਦੀ ਕੋਈ ਚੀਜ਼ ਐ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਨੂੰ ਪਾਣੀ ਖੁੱਲਾ ਲੱਗਿਆ ਹੀ ਨਹੀਂ ਫਲੱਡ ਦੇ ਵਿੱਚ ਨਾ ਫਲੜ ਚ ਪਾਣੀ ਲੱਗਿਆ ਨਾ ਇਹ ਕੀਰ ਬਣਾਊਗਾ ਅਸੀਂ ਕਈ ਸਾਲਾਂ ਤੋਂ ਪਤਾ ਕੀ ਕਰ ਰਹੇ ਆ ਅਸੀਂ ਜਿਹੜਾ ਪਾਣੀ ਹੈ ਨਾ ਉਹਨੂੰ ਜੜ ਕੋਲੇ ਲੈ ਕੇ ਜਾ ਰਹੇ ਆ ਜਦੋਂ ਕਿ ਜੜ ਪਾਣੀ ਕੋਲੇ ਜਾਣੀ ਚਾਹੀਦੀ ਹੈ ਹਮੇਸ਼ਾ ਪਿਆਸਾ ਕੂਏ ਕੋਲੇ ਜਾਂਦਾ ਹੁੰਦਾ ਹੈ ਕੂਆ ਕਦੇ ਪਿਆਸੇ ਕੋਲੇ ਨਹੀਂ ਆਉਂਦਾਗਾ ਅਸੀਂ ਜਿਹੜੀ ਵੀ ਖੇਤੀ ਆਪਦੀ 40 50 60 ਸਾਲਾਂ ਤੋਂ ਜਿਹੜੀ ਅਸੀਂ ਕਰ ਰਹੇ ਆ ਉਹ ਐਸ ਨੂੰ ਦੇਖਦੇ ਹੋਏ ਅਕੋਰਡਿੰਗ ਦੇਖਦੇ ਹੋਏ ਤਾਂ ਮੇਰੇ ਹਿਸਾਬ ਨਾਲ ਬਹੁਤ ਗਲਤ ਕਰ ਰਹੇ ਸੀਗੇ ਜਿਹੜੀ ਦੱਬ ਕੇ ਵਾਈਏ ਰੱਜ ਕੇ ਖਾਈਏ ਵਾਲੀ ਜਿਹੜੀ ਕਹਾਵਤ ਹੈ ਉਹ ਮੇਰੇ ਹਿਸਾਬ ਨਾਲ ਕਹਾਵਤ ਸਹੀ ਨਹੀਂ ਸੀਗੀ ਕਿਉਂਕਿ ਜ਼ਿੰਦਗੀ ਚ ਜ਼ਮੀਨ ਨੂੰ ਕਦੇ ਵੀ ਨੰਗਾ ਨਹੀਂ ਰਹਿਣ ਦੇਣਾ ਉਹਨੂੰ ਕਦੇ ਵੀ ਵਾਉਣਾ ਹੀ ਨਹੀਂ ਵਾਉਣਾ ਹੀ ਨਹੀਂ ਦੱਬ ਕੇ ਵਾਈਏ ਤਾਂ ਬਹੁਤ ਦੂਰ ਦੀ ਗੱਲ ਆ ਵਾਉਣਾ ਹੀ ਨਹੀਂਗਾ ਤੇ ਕਦੇ ਉਹਨੂੰ ਪਾਣੀ ਚ ਨਹੀਂ ਡੁੱਬਣ ਦੇਣਾਗਾ ਅਸੀਂ ਇਹ ਤਿੰਨੇ ਹੀ ਕੰਮ ਕਰ ਰਹੇ ਸੀ ਤਾਂ ਹੀ ਅਸੀਂ ਕਾਮਯਾਬ ਨਹੀਂ ਸੀਗੇ ਜੇ ਅਸੀਂ ਮੰਨ ਲਓ ਪਹਿਲੀ ਵਾਰੀ ਪਹਿਲੇ ਸਾਨੂੰ ਸਾਲ ਥੋੜੀ ਜਿਹੀ ਦਿੱਕਤ ਆਊਗੀ ਇਹਦੇ ਵਿੱਚ ਜੋ ਜੋ ਅਸੀਂ ਖਾਦ ਜਾਂ ਸਪਰੇਅ ਦੇਣੀ ਹੈ ਤਾਂ ਸਿਰਫ ਅਸੀਂ ਖਾਲੀਆਂ ਦੇ ਵਿੱਚ ਹੀ ਖਾਦ ਦੇਣੀ ਹੈ ਥੋੜੀ ਬਹੁਤ ਉਹ ਵੀ ਖਾਦ ਮੇਰੇ ਹਿਸਾਬ ਨਾਲ ਥੱਲੇ ਨਾ ਦਿੱਤੀ ਜਾਵੇ ਜੋ ਵੀ ਹੈ ਬੂਟੇ ਦੇ ਉੱਤੇ ਫੋਲੀਅਰ ਤੌਰ ਤੇ ਸਪਰੇਅ ਕੀਤੀ ਜਾਵੇ ਤਾਂ ਜ਼ਿਆਦਾ ਅਸਰ ਹੋਊਗਾ ਤੁਸੀਂ ਦੇਖਦੇ ਹੋ ਫਲੱਡ ਚ ਇਹਨੂੰ ਪਾਣੀ ਨਹੀਂ ਲੱਗਿਆਗਾ ਨਾ ਹੀ ਤਾਂ ਬੂਟੇ ਨੇ ਫਾਲਤੂ ਫਟਾਰਾ ਲਿਆ ਇਹਨਾਂ ਦਿਨਾਂ 'ਚ ਇਹਨਾਂ ਦਿਨਾਂ 'ਚ ਫਟਾਰਾ ਨਹੀਂ ਲੈਣਾ ਚਾਹੀਦਾ ਬਾਗ ਨੂੰ ਫਟਾਰਾ ਲਊਗਾ ਮੱਛਰ ਆਊਗਾ ਸਾਨੂੰ ਸਪਰੇਅ ਕਰਨੀ ਪਊਗੀ ਨਾ ਤਾਂ ਫਟਾਰਾ ਲਿਆ ਬਾਗਣੀ ਤੁਸੀਂ ਦੇਖ ਲਓ ਨਾ ਇਹਦੇ ਉੱਤੇ ਸਪਰੇਅ ਕਰੀ ਐ ਮੈਂ ਇੱਕ ਗੱਲ ਤੁਹਾਨੂੰ ਹੋਰ ਮੈਂ ਬੜੀ ਹੀ ਵਧੀਆ ਗੱਲ ਦੱਸਾਂ ਜਿਹੜੀ ਅਸੀਂ ਸਾਰੇ ਹੀ ਬੜੀ ਅੰਦਾਜ਼ ਤੁੰਦ ਸਪਰੇਅ ਕਰਦੇ ਆ ਅਸੀਂ ਪ੍ਰੋਫੈਨੋ ਕਰਦੇ ਆ ਚਿੱਟੇ ਮੱਛਰ ਵਾਸਤੇ ਅਸੀਂ ਇਥੀਨ ਕਰਦੇ ਆ ਮਾਈਟ ਵਾਸਤੇ ਜਦੋਂ ਸ਼ੁਰੂ ਚ ਸਾਡਾ ਕਿੰਨੂ ਮਤਲਬ ਛੋਟਾ ਹੁੰਦਾ ਪ੍ਰੋਫੈਨੋ ਕਰਦਾ ਕੋਈ ਇਥੀਨ ਕਰਦਾ ਤੇ ਉਹਦੇ ਵਾਸਤੇ ਮੈਂ ਕੋਈ ਸਪਰੇਅ ਨਹੀਂ ਕਰੀ ਤੁਸੀਂ ਦੇਖ ਸਕਦੇ ਹੋ ਨਾ ਇਥੇਨ ਕਰੀ ਨਾ ਪ੍ਰੋਫੈਨੋ ਕਰੀ ਨਾ ਲੈਂਡਾ ਕਰੀ ਇੱਕੋ ਹੀ ਸਪਰੇ ਕਰੀ ਸੀਗੀ ਸਿਰਫ ਇੱਕੋ ਹੀ ਸਪਰੇ ਸਟਰ ਥੱਲੇ ਵਾਸਤੇ ਉਹ ਵੀ ਕਿਉਂਕਿ ਹਜੇ ਸਾਡੀ ਜ਼ਮੀਨ ਹੈ ਜਿਹੜੀ ਤਬਦੀਲ ਨਹੀਂ ਹੋਈ ਗਈ ਅਸੀਂ ਉਹਨੂੰ ਖਰਾਬ ਕਰ ਰੱਖਿਆ ਪਾਣੀ ਲਾ ਲਾ ਕੁਲੇ ਤੁਸੀਂ ਦੇਖ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਸਕ੍ਰੈਚ ਨਹੀਂ ਕਿਨੂ ਦੇ ਉੱਤੇ ਕੋਈ ਸਪਰੇ ਨਹੀਂ ਕਰੀ ਗਈ ਸੋ ਦੋਸਤੋ ਮੈਂ ਤਾਂ ਇਹੀ ਕਹਿਣਾ ਵੀ ਕੋਈ ਵੀ ਫਸਲ ਬੀਜੋ ਤੁਸੀਂ ਨਰਮਾ ਕਣਕ ਝੋਨਾ ਜੋ ਵੀ ਬੀਜੋ ਤੇ ਮੇਰੇ ਰਾਜਸਥਾਨ ਵੀਰਾਂ ਵਾਸਤੇ ਤਾਂ ਬਹੁਤ ਹੀ ਵਧੀਆ ਗੱਲ ਇਹ ਹੈ ਵੀ ਜਿਹੜਾ ਉੱਥੇ ਦਾ ਬਹੁਤ ਕਾਮਯਾਬ ਰਹੂਗਾ ਜੇ ਤੁਸੀਂ ਮਰੱਬਾ ਜ਼ਮੀਨ ਦਾ ਜੇ ਤੁਸੀਂ ਉਹਦੇ ਵਿੱਚੋਂ 5-7 ਕਿੱਲੇ ਤੁਹਾਡੇ ਵਿੱਗੇ ਪੱਕਦੇ ਐ ਤਾਂ ਮੇਰੇ ਹਿਸਾਬ ਨਾਲ ਮਰੱਬੇ ਦਾ ਮਰੱਬਾ ਪੱਕੂਗਾ ਜੇ ਤੁਸੀਂ ਉਹਨੂੰ ਬੈੱਡ ਤੇ ਲੈ ਆਉਂਗੇ ਤੇ ਮਲਚਿੰਗ ਦਾ ਕੋਈ ਹੱਲ ਕਰ ਲਓਗੇ ਜਾਂ ਤਾਂ ਮਲਚਿੰਗ ਕਰੋ ਮੂੰਗੀ ਗਵਾਰੀ ਜੰਤਰ ਕੁਝ ਵੀ ਸਿਰਦੇ ਲੂਸਣ ਬਰਸੀਮ ਚੌਲੇ ਜਾਂ ਉਹਦੇ ਵਿੱਚ ਨਰਮੇ ਦੇ ਵਿੱਚ ਵੱਲਾਂ ਲਗਾਓ ਪਰ ਲਗਾਉਣੀਆਂ ਇੱਕ ਸ਼ਰਤ ਬੈੱਡ ਦੇ ਉੱਤੇ ਆ ਤੁਸੀਂ ਦੇਖ ਲਓ ਆ ਸਾਡਾ ਨਾਗਾ ਲੱਗਿਆ ਹੋਇਆ ਸੀਗਾ ਮੰਨ ਸਕਦੇ ਆ ਦੂਜਾ ਬਾਗ ਪਾਣੀ ਨਹੀਂ ਮੰਗਦਾ ਠੰਡ ਦੇ ਕਾਰਨ ਪਰ ਨਾਗੇ ਨੇ ਵੀ ਪਾਣੀ ਨਹੀਂ ਮੰਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕਾ ਪਿਆ ਕੋਈ ਪਾਣੀ ਨਹੀਂ ਮੰਗਿਆਗਾ ਇਹ ਨਾਗ ਨਹੀਂ ਸੋ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਜੇ ਜੇ ਹੋ ਸਕੇ ਤਾਂ ਮੈਂ ਕੁਝ ਰਕਵੇ ਕਿੰਨੂ ਦੇ ਤੇ ਇਹ ਪ੍ਰੈਕਟੀਕਲ ਕੀਤਾ ਤੇ ਲਗਭਗ 100% ਕਾਮਯਾਬ ਹੈ ਮੈਂ ਹੁਣ ਇਸ ਸਾਲ ਤੋਂ ਮੱਕੀ ਤੇ ਵੀ ਜ਼ਰੂਰ ਕਰੂੰਗਾ ਮੈਂ ਹੁਣੀ ਉਹਦੇ ਵਾਸਤੇ ਬੈੱਡ ਬਣਾ ਕੇ ਮਲਚਿੰਗ ਲਈ ਮੂੰਗੀ ਬੀਜੂੰਗਾ ਮੂੰਗੀ ਨੂੰ ਵੜਦਾ ਨਹੀਂ ਉਹਦੇ ਉੱਤੇ ਵਿਛਾ ਕੇ ਤੇ ਉਹਦੇ ਉੱਤੇ ਮੱਕੀ ਲਗਾਉਂਗਾ ਪਕਾਵੀ ਮੱਕੀ ਸੋ ਦੋਸਤੋ ਮੇਰੇ ਰਾਜਸਥਾਨ ਵੀਰਾਂ ਵਾਸਤੇ ਤਾਂ ਬਹੁਤ 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 ਜ਼ਿਆਦਾ ਵਧੀਆ ਸਾਰਿਆਂ ਵਾਸਤੇ ਹੀ ਵਧੀਆ ਹੈ ਜੇ ਕਰੋਗੇ ਤਾਂ ਸੋ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਜ਼ਰੂਰ ਦੱਸਿਓ ਜੀ ਸ਼ੇਅਰ ਨਾ ਕਰਿਓ ਜੇ ਅੱਗੇ ਦੱਸਿਓ ਜੇ ਜ਼ਰੂਰ So thank you.